ਕਿ ਸਿੱਖ ਮਜ਼ਬੀ ਤੇ ਜੱਟ ਰਵੀ ਦਾ ਸੀ ਸਾਰੇ ਇੱਕ ਆ। ਚੰਗੀ ਗੱਲ ਕੋਈ ਨਹੀਂ ਪਾਉਂਦਾ, ਜੇ ਕਿਤੇ ਮਾੜੀ ਜੀ ਗਲਤੀ ਹੋ ਜਾਂਦੀ ਨਾ ਉਹ ਬੜੀ ਛੇਤੀ ਚੁੱਕ ਕੇ ਨੇਰ ਬੰਨ ਦਿੰਦੇ ਫਿਰ ਉਹਦਾ ਦੇ। ਕਿ ਸਿੱਖ ਮਜ਼ਬੀ ਤੇ ਜੱਟ ਰਵੀ ਦਾ ਸੀ ਸਾਰੇ ਇੱਕ ਆ। ਨਾ ਲੜੋ ਜਾਤ ਪਾਤ ਪਿੱਛੇ ਇਕੱਠੇ ਹੋ ਜਾਓ ਆਪਾਂ ਸਿੱਖਿਆ। ਸਾਰੇ ਲਾਈਵ ਸ਼ੋਅ ਚ ਮੈਂ ਭਾਈ ਅਵਤਾਰ ਸਿੰਘ ਬ੍ਰਹਮਾ ਦੀ, ਭਾਈ ਸ਼ੀਤਲ ਸਿੰਘ ਜੀ ਮੱਤੇ ਵਾਲੀ ਆ ਸ਼ਹੀਦਾਂ ਦੀ ਗੱਲ ਕੀਤੀ, ਬਹੁਤ ਘੱਟ ਲੋਕਾਂ ਨੇ ਪਾਇਆ, ਪਰ ਜੇ ਉਹ ਮਾੜਾ ਜਿਹਾ ਉਹਨੇ ਮੁੰਡੇ ਨੇ ਪੈਸੇ ਮਾਰੇ ਮੇਰੇ ਮੂੰਹ ਦੇ ਫਟਾਕ ਦੇਣੇ ਸਾਰਾ ਇੰਸਟਾਗ੍ਰਾਮ ਭਰ ਦਿੱਤਾ। ਯਾਰ ਉਹਨਾਂ ਯੋਧਿਆਂ ਦੀ ਗੱਲ ਵੀ ਪਾ ਦਿਓ, ਆਪਣੇ ਨੌਜਵਾਨਾਂ ਨੂੰ ਪਤਾ ਲੱਗੇ ਉਹ ਕੌਣ ਸੀ ਕਿਵੇਂ ਸ਼ਹੀਦ ਹੋਏ। ਪਰ ਨਹੀਂ, ਮੇਰਾ ਤਾਂ ਇੱਕ ਉਹ ਚਾਹੀਦਾ ਕਿ ਗਲਤੀ ਕਿੱਥੇ ਕਰਦਾ। ਬਾਕੀ ਬਾਬਾ ਜੀ ਫਰਕ ਕੋਈ ਨਹੀਂ ਪੈਣਾ, ਜਿਹੜੇ ਪਿਆਰ ਕਰਦੇ ਉਹਨਾਂ ਕਰਦੇ ਹੀ ਰਹਿਣਾ। ਜੇ ਵਧੀਆ ਲੱਗਦਾ ਤੇ ਤਾੜੀਆਂ ਮਾਰ ਦੋ ਇੱਕ ਵਾਰੀ ਯਾਰ। ਕਿ ਸਿੱਖ ਮਜ਼ਬੀ ਤੇ ਜੱਟ ਰਵੀ ਦਾ ਸੀ ਸਾਰੇ ਇੱਕ ਆ। ਨਾ ਲੜੋ ਜਾਤ ਪਾਤ ਪਿੱਛੇ ਇਕੱਠੇ ਹੋ ਜਾਓ ਆਪਾਂ ਸਿੱਖਿਆ। ਕਿ ਲੋੜ ਨੀ ਕ੍ਰਿਸਮਿਸ ਬੰਦ ਕਰਵਾਉਣ ਦੀ, ਓਏ ਜਿਹੜੇ ਭਟਕੇ ਸਿੱਖੀ ਤੋਂ ਲੋੜ ਗਲ ਨਾਲ ਲਾਉਣ ਦੀ। ਕਿ ਹਿੰਦੂ ਮੁਸਲਿਮ ਸਾਰੇ ਆਪਣੇ ਹੀ ਭਾਈਆ, ਤੇ ਉਹ ਵੀ ਨੀ ਬਗਾਨੇ ਜਿਹੜੇ ਮਿੱਤਰਾ ਈਸਾਈਆ, ਪਰ ਸਾਡੇ ਹੀ ਗੁਰੂ ਦੇ ਦਸੋ ਅੰਗ ਕਾਤੋਂ ਪਾਟ ਦੇ, ਜੇ ਲਾਈਏ ਲੰਗਰ ਤੇ ਚੰਗੇ ਉਦਾਂ ਅੱਤਵਾਦੀ ਜਾਪਦੇ। ਓਏ ਅੱਤਵਾਦੀ ਬਾਰਡਰਾਂ ਤੇ ਇਹਨਾਂ ਦੇ ਹਿਸਾਬ ਨਾਲ, ਬੜੀ ਖਾਰ ਦਿਲ ਵਿੱਚ ਸਿੱਖ ਤੇ ਪੰਜਾਬ ਨਾਲ, ਕਿ ਮੈਂ ਜਿਹੜਾ ਚਾਹੁੰਦਾ ਰਾਜ ਵੇਖਣਾ ਉਹ ਸਿੱਖ ਰਾਜ, ਜਰ ਨੀ ਉਹ ਹੁੰਦਾ ਵੇਖ ਅੰਬਰਾਂ ਚ ਉੱਡੇ ਬਾਜ। ਓਏ ਅਜੇ ਵੀ ਨੀ ਭੁੱਲੇ ਨੌਜਵਾਨੀ ਸੜੀ ਅੱਗ ਚ ਆ, ਕਿ ਸ਼ੇਰ ਪਿਆ ਕੈਦ ਚਾਬੀ ਗਧਿਆਂ ਦੇ ਹੱਥ ਚ ਆ, 80% ਦੋਗਲੇ ਤੇ ਵੀ ਹੱਕ ਚ ਆ। ਕਿ ਜਿੰਨਾ ਪੱਗ ਨੂੰ ਚਾਹੀਦਾ ਕਿੱਥੇ ਮਿਲੇ ਸਤਕਾਰ, ਓਏ ਬਾਂਦੇ ਅਸੀਂ ਹੀ ਕਰਾਇਆ ਗਜਨੀ ਦਾ ਸੀ ਬਾਜ਼ਾਰ, ਕਿ ਸਿਰ ਅਸੀਂ ਹੀ ਕੱਚੇ ਸੀ ਦੇ ਕੇ ਸਿਰਾਂ ਉੱਤੇ ਚੁੰਨੀਆਂ, ਤੇ ਹੁਣ ਨੈਂਡ ਉੱਤੇ ਲੀੜੇ ਆਪ ਲਾਉਂਦੀਆਂ ਨੇ ਮੁੰਨੀਆਂ, ਤੇ ਸਾਲੀ ਕੀਮਤ ਰੀਲਾਂ ਦੀ ਇੱਥੇ ਇੱਜ਼ਤਾਂ ਤੋਂ ਵਧਿਆ, ਓਏ ਕੋਈ ਸ਼ਰਮ ਹਯਾ ਨੀ ਬਹੁਤੀ ਹੋਈ ਪਈ ਹੱਦਿਆ। ਕਿ ਤੇਰੀ ਨਿੱਕਰ ਤੋਂ ਵੱਡਾ ਕੁੜੇ 90 ਜਰਮਾਲ ਸੀ, ਤੇ ਮਾਂ ਨੇ ਜੰਮਣੀ ਸੀ ਝਾਂਸੀ ਇਸੇ ਗੱਲ ਦੀ ਹੀ ਭਾਲ ਸੀ। ਪਿੱਛੇ ਜਦੋਂ ਕੁੜੀ ਵਿਆਹ ਕੇ ਲਿਆਉਂਦੇ 5-7 ਦਿਨ ਉਦੋਂ ਕੰਮ ਨਹੀਂ ਕਰਾਉਂਦੇ, ਹਫ਼ਤੇ ਬਾਅਦ ਉਹਨੂੰ ਚੌਂਕੇ ਚਾੜਦੇ, ਕੜਾਹ ਬਣਾ ਲਾ, ਦਾਲ ਬਣਾ ਲਾ, ਪਨੀਰ ਬਣਾ ਲਾ, ਤੇ ਹੁਣ ਹਫ਼ਤੇ ਬਾਅਦ ਇੰਸਟਾਗ੍ਰਾਮ ਤੇ ਚਾੜ ਦਿੰਦੇ, ਸਾਰੇ ਪਿੰਡ ਤੋਂ ਸਕਰੀਨਸ਼ਾਟ ਹੁੰਦੇ, ਆਹ ਫਲਾਨੇ ਦੀ ਵਹੁਟੀ ਉਹ। ਮੁੜ ਕੇ ਜਦੋਂ ਕੋਈ ਫੋਟੋ ਲੀਕ ਹੋ ਜਾਂਦੀ ਮੈਂ ਚੀਕ ਮਾਰਦੇ ਮੇਰੇ ਵਰਗੇ, ਕਿ ਮਾਮਾ ਪਹਿਲਾਂ ਹੀ ਸਾਂਭ ਕੇ ਘਰੇ ਰੱਖ ਲਾ ਇੱਜ਼ਤਾਂ। ਕਿ ਸਾਲੀ ਕੀਮਤ ਰੀਲਾਂ ਦੀ ਇੱਥੇ ਇੱਜ਼ਤਾਂ ਤੋਂ ਵਧਿਆ, ਤੇ ਕੋਈ ਸ਼ਰਮ ਹਯਾ ਨੀ ਬਹੁਤੀ ਹੋਈ ਪਈ ਹੱਦਿਆ, ਤੇ ਤੇਰੀ ਨਿੱਕਰ ਤੋਂ ਵੱਡਾ ਕੁੜੇ 90 ਜਰਮਾਲ ਸੀ,
ਤੇ ਮਾਂ ਨੇ ਜੰਮਣੀ ਸੀ ਝਾਂਸੀ ਇਸੇ ਗੱਲ ਦੀ ਹੀ ਭਾਲ ਸੀ ਜੇ ਚੜ ਕੇ ਆ ਗਏ ਤੇ ਦੇਸ਼ ਭਗਤੀ ਨੀ ਵੇਖਣੀ ਵੇਖਣੀ ਆ ਪੱਗ ਫਿਰ ਗੋਤ ਕਿੰਨੇ ਵੇਖਣੀ ਓਏ ਜਿਨ੍ਹਾਂ ਤੇ ਯਕੀਨ ਤੁਸੀਂ ਬਹੁਤਾ ਹੀ ਕਰ ਬੈਠੇ ਫਿਰ ਇਹਨਾਂ ਨੇ ਹੀ ਤੁਹਾਡੀਆਂ ਲਾਸ਼ਾਂ ਤੇ ਰੋਟੀ ਸੇਕਣੀ ਕਿ ਮੂੰਹ ਬੰਦ ਕਰ ਦਿੰਦੇ ਆਟੇ ਤੇ ਸ਼ਰਾਬ ਨਾਲ ਹੋਣੀ ਨੀ ਤਰੱਕੀ ਮੈਨੂੰ ਲੱਗੇ ਇਸ ਹਿਸਾਬ ਨਾਲ ਓਏ ਖਿਸਕਦਾ ਜਾਂਦਾ ਹੱਥੋਂ ਹੋਂਦ ਤੇ ਪੰਜਾਬ ਬਾਹਰ ਵਾੜਤੀ ਜਵਾਨੀ ਸੁਣ ਕੱਲੀ ਕੱਲੀ ਸਾਥ ਚ ਆ ਸ਼ੇਰ ਪਿਆ ਕੈਦ ਚਾਬੀ ਗਦਿਆਂ ਦੇ ਹੱਥ ਚ ਆ ਕਿ ਪੱਗ ਬੰਨ ਕੇ ਨਿਊਜ਼ੀਲੈਂਡ ਕੁੱਤਾ ਇੱਕ ਭੌਂਕਦਾ ਤੇ ਸੇਵਾ ਲਿਖੀ ਕੀ ਦੇ ਹੱਥ ਵੇਖੋ ਕਿਹੜਾ ਸਿੰਘ ਠੋਕਦਾ ਓਏ ਰੋਡੇ ਪਿੰਡ ਵਾਲਾ ਬਹੁਤਾ ਹੀ ਅੱਖਾਂ ਵਿੱਚ ਰੜਕੇ ਤੇ ਭਾਰ ਗੋਡਿਆਂ ਬਿਠਾਇਆ ਏ ਜਿਹੜੇ ਜਿਹੜੇ ਚੜ ਕੇ ਕਿ ਦਿਲ ਵਿੱਚ ਰੜਕਦੀ ਖਬਰ ਅਟੈਕ ਦੀ ਤੇ ਬੀਬੀ ਕੱਤੀ ਨੂੰ ਸੀ ਦੇੜੀ ਪਰ ਹੁਣ ਕੋਈ ਨੀ ਸਹਿਗਦੀ ਤੇ ਗੰਜੇ ਜਹੇ ਸਾਲੇ ਵੜੇ ਅੰਦਰਾਂ ਚ ਚੂਕਦੇ ਤੇ ਤੀਜੇ ਦਿਨ ਸਾਡੇ ਰਹਿੰਦੇ ਐਵੇਂ ਪੁਤਲੇ ਨੇ ਫੂਕਦੇ ਤੇ ਬੈਠਾ ਸਵਿਆਂ ਚੋਂ ਅੱਗ ਕੱਢੇ ਮੁੰਡਾ ਬਲਕੌਰ ਦਾ ਤੇ ਇੱਥੇ ਜਿਉਂਦੇ ਜੀ ਵੀ ਮੂੰਹ ਨੀ ਉਹ ਖੁੱਲਦਾ ਲਗਾਉਂਦਾ ਓਏ ਜਿਹੜਾ ਬੋਲਦਾ ਪੰਜਾਬ ਲਈ ਤੇ ਹੋਈ ਜਾਂਦਾ ਧੱਕਾਇਆ ਤਗੜਾ ਹੋ ਬਾਗੀ ਹੋਣਾ ਪਰਚਾ ਦੇ ਪਕਾਇਆ ਓਏ ਪਰ ਸ਼ਿੰਦੇ ਦਾ ਮੁੰਡਾ ਨੀ ਡਰ ਕਿਸੇ ਦਾ ਵੀ ਮੰਨਦਾ ਓਏ ਕੌਮ ਲਈ ਮਰਾਂਗੇ ਨਹੀਂ ਗੁਲਾਮ ਕਿਸੇ ਰਨ ਦਾ ਓਏ ਬਾਜਾਂ ਵਾਲੇ ਜੋ ਸਜਾਏ ਨਹੀਂ ਉਹ ਰਲਦੇ ਕਤੀੜਾਂ ਵਿੱਚ ਦਿਖੀ ਜਾਂਦੇ ਸ਼ੇਰ ਬਸ ਖੜੇ ਹੋਏ ਲੱਖ ਚ ਆ ਇੱਕ ਵਾਰੀ ਸਿੰਘ ਦੇ ਦਮਾਲੇ ਦੇ ਨਾਂ ਦੇ ਸਿੰਘ ਦੇ ਨਾਂ ਦੇ ਤਾੜੀਆਂ ਮਾਰਦੇ ਕਹਿ ਦਿਸੀ ਜਾਂਦੇ ਸ਼ੇਰ ਬਸ ਖੜੇ ਹੋਏ ਲੱਖ ਚ ਆ ਸ਼ੇਰ ਪਿਆ ਕੈਦ ਚਾਬੀ ਗਦਿਆਂ ਦੇ ਹੱਥ ਚ ਆ 80% ਦੋਗਲੇ ਤੇ ਵੀ ਹੱਕ ਚ ਆ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ SSP ਸਾਹਿਬ ਮਾਨਯੋਗ ਸਰ ਬਹੁਤ ਹੀ ਮੇਰੇ ਸਤਿਕਾਰਯੋਗ ਸਾਡੇ ਵੱਡੇ ਭਰਾ ਹਰੀਸ਼ ਕੁਮਾਰ ਦਯਾਮਾ ਜੀ ਜਿਹਨੇ ਕਿ ਨਸ਼ੇ ਨੂੰ ਨੱਥ ਪਾਈ ਹੋਈ ਆ ਸਾਡਾ ਫਰਜ਼ ਬਣਦਾ ਕਿ ਆਪਾਂ ਪੰਜਾਬ ਪੁਲਿਸ ਦਾ ਵੱਧ ਚੜ੍ਹ ਕੇ ਸਾਥ ਦਈਏ ਹਰ ਪਾਸੇ ਉਪਰਾਲੇ ਘੈਂਟ ਆ ਵਾਹਿਗੁਰੂ ਕਿਰਪਾ ਕਰੇ ਪੰਜਾਬ ਨਸ਼ੇ ਤੋਂ ਦੂਰ ਹੋਣਾ ਚਾਹੀਦਾ ਜਿਹੜਾ ਕਿਤੇ ਮਾੜਾ ਮੋਟਾ ਰਹਿ ਗਿਆ ਪਰ ਬਾਬਾ ਜੀ ਕਾਰਨ ਕੀ ਆ ਕਿ ਪੰਜਾਬ ਪੁਲਿਸ ਨੂੰ ਕੋਈ ਸੁਪਨਾ ਨਹੀਂ ਆਉਂਦਾ ਕਿ ਕਿਹੜਾ ਵੇਚਦਾ ਤੇ ਕਿਹੜਾ ਨਸ਼ਾ ਕਰਦਾ ਸਾਡਾ ਫਰਜ਼ ਬਣਦਾ ਦੱਸੀਏ ਪਰ ਜੇ ਉਹ ਫੜ ਕੇ ਖੜਨ ਲੱਗਦੇ ਆ ਤੇ ਸਾਡੇ ਪਿੰਡ ਦੇ 50 ਬੰਦੇ ਫੋਨ ਕਰ ਦਿੰਦੇ ਆਹ ਸਾਡਾ ਬੰਦਾ ਜੀ ਫਿਰ ਜ਼ਮਾਨਤਾਂ ਕੌਣ ਦਿੰਦਾ ਅਸੀਂ ਇਹ ਸੱਚਾਈ ਬਾਬਾ ਜੀ ਜੇ ਉਹ ਫੜ ਕੇ ਖੜਨ ਲੱਗਦੇ ਆ ਤੇ ਪਹਿਲਾਂ 500 ਫੋਨ ਲਾ ਦਿੰਦੇ ਸਾਡਾ ਬੰਦਾ ਜੀ ਇਹ ਸਾਡਾ ਹੀ ਆ ਚੱਲ ਅਗਲੀ ਵਾਰੀ ਨਹੀਂ ਕਰਦਾ ਉਹ ਆਪਣੀ ਡਿਊਟੀ ਨਿਭਾਉਂਦੇ ਆਪਾਂ ਨਿਭਾਉਣ ਨਹੀਂ ਦਿੰਦੇ ਸੋ ਆਪਾਂ ਸਾਥ ਦਈਏ ਤੇ ਇਸ ਕੋੜ ਨੂੰ ਗਲੋ ਵੱਢੀਏ ਜਿਹੜੇ ਜਿਹੜੇ ਵੀ ਕਰਦੇ ਆ ਜਿਹੜਾ ਜਿਹੜਾ ਵੀ ਭਰਾ ਕੋਈ ਇਸ ਰਾਹੇ ਜਾਂਦਾ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਇਸ ਰਸਤੇ ਨਹੀਂ ਜਾਣਾ ਇਹ ਰਾਹ ਨੂੰ ਛੱਡੋ ਮਾਂ ਪਿਓ ਦੀ ਸੇਵਾ ਕਰੋ ਸੋਹਣੇ ਸਰੀਰ ਬਣਾਓ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ